ਚੈਲੰਜ ਵੀਡੀਆ ਖੜਾਸ਼ਕਾ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਵੀ ਆ ਕੁਝ ਖਾਸ ਕਲਾਮਾ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਇਹ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਉਹਦਾ سلسلہ ਸ਼ੁਰੂ ਕਰੀਏ ਕੱਲ ਜਿਹੜੀ ਇੱਕ ਖਬਰ ਆਈ ਸੀ ਉਹਦੇ ਬਾਰੇ ਇੱਕ ਹੋਰ ਅਪਡੇਟ ਆ ਖਬਰ ਆਈ ਸੀ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਸਾਡੇ ਜਿਹੜੇ ਹਾਊਸਿੰਗ ਮਿਨਿਸਟਰ ਨੇ ਕੈਨੇਡਾ ਦੇ ਸ਼ੌਨ ਫਰੇਜ਼ਰ ਜਿਹੜੇ ਕਿ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਸੀ ਉਹਨਾਂ ਦਾ ਇੱਕ ਬਿਆਨ ਆਇਆ ਉਹਨਾਂ ਦੇ ਬਿਆਨ ਦੇ ਵਿੱਚ ਕੱਲ ਇਹ ਕਿਹਾ ਸੀ ਕਿ ਅਸੀਂ ਸੋਚ ਰਹੇ ਹਾਂ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਆ ਉਹਨਾਂ ਦੇ ਉੱਤੇ ਕੈਪ ਲਾ ਦਈਏ ਲਿਮਟ ਲਾ ਦਈਏ ਵੀ ਇੱਕ ਹੱਦ ਰੱਖਤੀਏ ਉਹਦੀ ਇੱਥੇ ਤੱਕ ਕਿ ਵਿਦਿਆਰਥੀ ਆ ਸਕਦੇ ਉਹ ਤੋਂ ਜ਼ਿਆਦਾ ਨਹੀਂ ਆ ਸਕਦੇ ਪਿਛਲੇ ਸਾਲ 8 ਲੱਖ ਵਿਦਿਆਰਥੀ ਕੈਨੇਡਾ ਦੇ ਵਿੱਚ ਆਇਆ ਸੀ ਉਹਦੇ ਪ੍ਰਤੀਕਰਮ ਵਜੋਂ ਉਹਦੇ ਰਿਐਕਸ਼ਨ ਵਜੋਂ ਜਿਹੜੀ ਕਵੈਕ ਸਰਕਾਰ ਆ ਕਵੈਕ ਕੈਨੇਡਾ ਦਾ ਇੱਕ ਸੂਬਾ ਆ ਪ੍ਰੋਵਿੰਸ ਆ ਥੋੜਾ ਜਿਹਾ ਵੱਖਰਾ ਰਹਿੰਦਾ ਪੂਰੇ ਕੈਨੇਡਾ ਦੇ ਨਾਲੋਂ ਤੇ ਕਿਸੇ ਵੀ ਲੈਨੇ ਵਕ ਹੋਣ ਦੀ ਗੱਲ ਵੀ ਕੀਤੀ ਸੀ ਪਰ ਇਹਨਾਂ ਦਾ ਇੱਕ ਆਪੜਾ ਜਿਹੜਾ ਜਿਹੜਾ ਫ੍ਰੈਂਚ ਡੋਮੀਨੇਟਿੰਗ ਪ੍ਰੋਵੈਂਸ ਕਿਹਾ ਜਾ ਸਕਦਾ ਇਹਨਾਂ ਨੇ ਇਸ ਗੱਲ ਦੇ ਨਾਲ ਬਹੁਤੀ ਸਹਿਮਤੀ ਨਹੀਂ ਪ੍ਰਗਟ ਕੀਤੀ ਉਹ ਕਹਿੰਦੇ ਅਸੀਂ ਇਹ ਚੀਜ਼ ਐਕਸੈਪਟ ਨਹੀਂ ਕਰਾਂਗੇ ਕਿ ਕੈਪ ਲਾ ਦਿਓ ਤੁਸੀਂ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕਿ ਕਿੰਨੇ ਅਸੀਂ ਐਡਮਿਟ ਕਰਨੇ ਆ ਕਿ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਅਸੀਂ ਚਾਹੁੰਦੇ ਆ ਕਿ ਜਿੰਨੇ ਸਟੂਡੈਂਟ ਆ ਸਕਦੇ ਆ ਓਨੇ ਸਟੂਡੈਂਟ ਆਏ ਫੈਡਰਲ ਸਰਕਾਰ ਦੇ ਇਸ ਜਿਹੜਾ ਨੈਸ਼ਨਲ ਹਾਊਸਿੰਗ ਕ੍ਰਾਈਸਿਸ ਆ ਉਹਨੂੰ ਟੈਕਲ ਕਰਨ ਦਾ ਇਹ ਤਰੀਕਾ ਸਹੀ ਨਹੀਂ ਆ ਕੱਲ ਆਪਾਂ ਜਿਹੜਾ ਜ਼ਿਕਰ ਕੀਤਾ ਸੀ ਉਹ ਤੁਹਾਨੂੰ ਯਾਦ ਹੋਊਗਾ ਕਿ ਮਸਲਾ ਅਸਲ ਦੇ ਵਿੱਚ ਹਾਊਸਿੰਗ ਦਾ ਆ ਕੈਨੇਡਾ ਦੇ ਵਿੱਚ ਘਰ ਹੈ ਨਹੀਂ ਰਹਿਣ ਨੂੰ 50 60 ਲੱਖ ਘਰ ਹੋਰ ਚਾ ਪੰਨੇ ਸੋ ਤਾਂ ਸਾਲਾਂ ਦੇ ਵਿੱਚ ਸਾਰੇ ਕੈਨੇਡਾ ਵਾਲਿਆਂ ਨੇ ਜੇ ਘਰਾਂ 'ਚ ਰਹਿਣਾ ਹੈ ਹੀ ਨਹੀਂ ਕਰ ਤਾਂ ਕਿੱਥੇ ਜਾਣਗੇ ਤੇ ਉਹਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ 8 ਲੱਖ ਸਟੂਡੈਂਟ ਪਿਛਲੇ ਸਾਲ ਆਇਆ ਤੇ ਜਿਹੜੇ ਹਾਊਸਿੰਗ ਮਿਨਿਸਟਰ ਆ ਸ਼ੌਨ ਫਰੇਜ਼ਰ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਉੱਤੇ ਸੋਚਾਂਗੇ ਹੁਣ ਤੇ ਇਹਨਾਂ ਨੇ ਕਿਹਾ ਹੁਣ ਕਵੈਕਸ਼ੂਬੇ ਨੇ ਕਿਹਾ ਵੀ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਇੱਥੇ ਕੱਲ ਦੱਸਣ ਵਾਲੀ ਆ ਕੈਨੇਡਾ ਦੇ ਵਿੱਚ ਇੱਕ ਫੈਡਰਲ ਲੈਵਲ ਦੇ ਉੱਤੇ ਪ੍ਰੋਗਰਾਮ ਹੁੰਦਾ ਕਿ ਜਿਵੇਂ ਸੈਂਟਰ ਹੁੰਦਾ ਕੈਨੇਡਾ ਨੇ ਆਪਣੇ ਪੱਧਰ ਦੇ ਉੱਤੇ ਸਟੂਡੈਂਟਸ ਸੱਦੇ ਨੇ ਹੁੰਦੇ ਆ ਜਾਂ ਇਮੀਗ੍ਰੈਂ ਹਰ ਇੱਕ ਪ੍ਰੋਵਿੰਸ ਆਪਣੇ ਤੌਰ ਦੇ ਉੱਤੇ ਪੂਰੇ ਅਧਿਕਾਰ ਹੁੰਦੇ ਹਨ ਉਹ ਵੀ ਬਾਹਰ ਦੇ ਲੋਕਾਂ ਨੂੰ ਇੱਕ ਨਿਯਮਾਂ ਦੇ ਤਹਿਤ ਉੱਥੇ ਸੱਦ ਸਕਦਾ ਤੇ ਇਸ ਮਾਮਲੇ ਦੇ ਵਿੱਚ ਹੁਣ ਕੁਵਿਕ ਦੀ ਸੁਰ ਫੈਡਰਲ ਸਰਕਾਰ ਨਾਲ ਥੋੜੀ ਜੀ ਉਲਟੀ ਲੱਗਦੀ ਆ ਉਹ ਇਹਦੇ ਨਾਲ ਸਹਿਮਤ ਨਹੀਂ ਹੈ ਯੂਨੀਵਰਸਿਟੀਆਂ ਤੇ ਕਾਲਜੇਸ ਇਹ ਸਾਰੇ ਕੁਝ ਦੇ ਵਿੱਚ ਉਹ ਕਹਿੰਦੇ ਬਹੁਤ ਜ਼ਿਆਦਾ ਹੈਰਾਨ ਹੋਏ ਆ ਇਸ ਚੀਜ਼ ਦੇ ਨਾਲ ਕਿ ਜਦੋਂ ਇਹ ਸੁਜੈਸ਼ਨ ਜਿਹੜਾ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਮਿਨਿਸਟਰ ਸ਼ਾਨ ਫਰੇਜ਼ਰ ਨੇ ਕੱਲ ਜਿਹੜਾ ਇਹ ਉੱਥੇ ਸੋਮਵਾਰ ਨੂੰ ਅਸਲ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਸੀ ਛਾਰਲਟਾਊਨ ਦੇ ਵਿੱਚ ਸੋਮਵਾਰ ਨੂੰ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਬਾਤ ਕੀਤੀ ਸੀ ਉਹ ਤੇ ਤਾਂ ਕਾਫੀ ਹੈਰਾਨ ਨੇ ਜਿਹੜੀ ਕਵੈਕ ਦਾ ਰਿਐਕਸ਼ਨ ਜਿਹੜੀ ਕਵੈਕ ਸੂਬੇ ਦੀ ਪ੍ਰਤੀਕਿਰਿਆ ਆ ਉਹ ਇਹ ਦੱਸਦੀ ਹੈ ਇੰਡੀਕੇਟ ਕਰਦੀ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਜੇ ਲਿミਟ ਕਰ ਦਿੱਤਾ ਜਾਂਦਾ ਜਾਂ ਉਹਨਾਂ ਦੀ ਐਡਮਿਸ਼ਨ ਨੂੰ ਲਿਮਟ ਮਤਲਬ ਹੋ ਜਾਂਦੀ ਆ ਤਾਂ ਇਹਦੇ ਨਾਲ ਟਕਰਾ ਆ ਜਾਊਗਾ ਸੂਬਿਆਂ ਦੇ ਵਿੱਚ ਤੇ ਜਿਹੜੇ ਸਾਡੇ ਫੈਡਰਲ ਲੈਵਲ ਦੇ ਉੱਤੇ ਆ ਉਹਨਾਂ ਦੇ ਵਿੱਚ ਇਹਨਾਂ ਪ੍ਰੋਵਿੰਸ ਦਾ ਤੇ ਫੈਡਰਲ ਸਰਕਾਰ ਦਾ ਆਪਸ ਦੇ ਵਿੱਚ ਟਕਰਾਅ ਆ ਜਾਊਗਾ ਤੇ ਜੂਰਿਸਡਿਕਸ਼ਨ ਏਰੀਆ ਆਫ ਐਜੂਕੇਸ਼ਨ ਤੇ ਉਹਨਾਂ ਦੀ ਜਿਹੜੀ ਪੋਸਟ ਸਕੰਡਰੀ ਇੰਸਟੀਟਿਊਸ਼ਨਸ ਹੈਗੀ ਆ ਉਹ ਬਹੁਤ ਜ਼ਿਆਦਾ ਉਹਦੀ ਇੱਕ ਕਹੋ ਇੰਟਰਨੈਸ਼ਨਲ ਟਿਊਸ਼ਨ ਫੀਸ ਹੁੰਦੀ ਆ ਹੁਣ ਇਹ ਕਿਹਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਆ ਇਹ ਗੱਲ ਦੇਖਣ ਵਾਲੀ ਹੋਊਗੀ ਪੋਸਟ ਸੈਕੰਡਰੀ ਐਜੂਕੇਸ਼ਨ ਜਿੱਥੇ ਕਿ ਬਹੁਤੇ ਨਿਆਣੇ ਆਉਂਦੇ ਆ ਉਹਦਾ ਸਿੱਧਾ ਸਿੱਧਾ ਘਾਟਾ ਸੂਬਿਆਂ ਨੂੰ ਪਊਗਾ ਤੇ ਹੁਣ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਸਕਦਾ ਹੈ ਫੈਡਰਲ ਸਰਕਾਰ ਨੂੰ ਇਸ ਗੱਲ ਦੇ ਉੱਤੇ ਇਹ ਕਹਿਣਾ ਉਹ ਕਹਿੰਦੇ ਵੀ ਕਵੈਕ ਇਸ ਗੱਲ ਦੇ ਲਈ ਆਪਣੀ ਇੱਛਾ ਨਹੀਂ ਰੱਖਦਾ ਉਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਹੈ ਕੈਪ ਲਾਉਣ ਦੀ ਫੋਰਨ ਸਟੂਡੈਂਟਸ ਦੇ ਉੱਤੇ ਇਹਨਾਂ ਦੀ ਜੂਰਿਸਡਿਕਸ਼ਨ ਦੇ ਅੰਦਰ ਜਿਹੜਾ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਜਦੋਂ ਕਿ ਜਿਹੜਾ ਸਟੱਡੀ ਪਰਮਿਟ ਇਸ਼ੂ ਕਰਨਾ ਆ ਇਹ ਫੈਡਰਲ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਜਿਵੇਂ ਪਹਿਲਾਂ ਦੱਸਿਆ ਬਹੁਤੇ ਸਟੂਡੈਂਟ ਜਿਹੜਾ ਜਿਹੜੇ ਇਮੀਗ੍ਰੈਂਟਸ ਆ ਉਹ ਪ੍ਰੋਵਿੰਸਸ ਦੇ ਵਿੱਚ ਸਿੱਧੇ ਵੀ ਆਉਂਦੇ ਆ ਜਿਵੇਂ ਕੁਝ ਪ੍ਰੋਵਿੰਸਸ ਨੇ ਉੱਥੇ ਆਉਣਾ ਸੌਖਾ ਆ ਮੈਨੀਟੋਬਾ ਦੇ ਵਿੱਚ ਸਸਕਾਚਵਿਨ ਦੇ ਵਿੱਚ ਉਧਰ ਪ੍ਰਿੰਸ ਐਡਵਰਡ ਆਇਲੈਂਡ ਨਾਰਥ-ਵੈਸਟ ਕੈਨੇਡੀਅਨ ਟੈਰੀਟਰੀਜ਼ ਨੇ ਸੌਖਾ ਆ ਉੱਥੇ ਆਉਣਾ ਸਰਕਾਰ ਚਾਹੁੰਦੀ ਆ ਕਿ ਲੋਕ ਉੱਥੇ ਜਾਣ ਉਹਨਾਂ ਪ੍ਰੋਵਿੰਸਸ ਦੇ ਵਿੱਚ ਉਹ ਵੀ ਚਾਹੁੰਦੇ ਆ ਕਿ ਜਿਹੜਾ ਇੱਥੇ ਆਵੇ ਰਹੇ ਉਹ ਇੰਨਾ ਚ ਰਵੇ ਤੇ ਆਪਣੇ ਕਿਸ ਰਿਸ਼ਤੇਦਾਰ ਨੂੰ ਪੱਕਾ ਸੱਜ ਸਕਦਾ ਇਦਾਂ ਦੇ ਬਹੁਤ ਸਾਰੇ ਪ੍ਰੋਗਰਾਮ ਨੇ ਕੈਨੇਡਾ ਦੇ ਨਾਲ ਸੂਬਿਆਂ ਦੇ ਵਿੱਚ ਜਿਵੇਂ ਆ ਮੇਨ ਸੂਬੇ ਨੇ ਇਧਰੋਂ ਪਾਸ ਬ੍ਰਿਟਿਸ਼ ਕੋਲੰਬੀਆ ਦੂਜੇ ਪਾਸੇ ਅੰਟੈਰੀ ਹੋਤੇ ਜਿਹੜਾ ਅਲਬਰਟਾ ਲਾ ਲੋ ਇਹਨਾਂ ਦੇ ਵਿੱਚ ਥੋੜੀ ਜਿਹੀ ਕਿਤੇ ਨਾ ਕਿਤੇ ਸਖਤੀ ਹੁੰਦੀ ਆ ਹੁਣ ਸਟੱਡੀ ਪਰਮਿਟ ਜ਼ਿੰਮੇਵਾਰੀ ਕਿਸ ਦੀ ਆ ਫੈਡਰਲ ਸਰਕਾਰ ਦੀ ਤੇ ਇਹ ਜਿਹੜਾ ਐਜੂਕੇਸ਼ਨ ਐਕਸਕਲੂਸਿਵ ਪਾਵਰ ਕਵੈਕ ਦੀ ਆ ਪ੍ਰੋਵਿੰਸ ਦੀ ਆ ਇਹ ਉਹਨਾਂ ਦਾ ਮਸਲਾ ਆ ਹੁਣ ਇਹ ਕਵੈਕ ਦੇ ਉੱਤੇ ਆ ਕਿ ਉਹ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਇਹ ਕਹਿੰਦਾ ਆ ਕਿੰਨੇ ਤੁਸੀਂ ਬੰਦੇ ਰੱਖਣੇ ਆ ਤੇ ਕਿੰਨੇ ਨਹੀਂ ਰੱਖਣੇ ਜਿਹੜੇ ਸਪੋਕਸ ਪਰਸਨ ਇੱਕ ਵਾਰ ਇਮੀਗ੍ਰੇਸ਼ਨ ਮਿਨਿਸਟਰ ਕ੍ਰਿਸਟੀਨ ਫ੍ਰੈਸ਼ੀਡ ਦੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਤੇ ਹੁਣ ਇਹ ਤੇ ਸਿੱਧਾ ਸਿੱਧਾ ਆਪਸ ਵਿੱਚ ਇਹਨਾਂ ਦਾ ਟਕਰਾਅ ਆ ਜਾਊਗਾ ਵੀ ਹੋਣਾ ਕੀ ਹੈ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਸਾਡੇ ਮਾਰਕ ਮਿਲਰ ਨੇ ਉਹਨਾਂ ਨੇ ਇਹ ਕਨਫਰਮ ਕਰ ਦਿੱਤਾ ਕਿ ਸਰਕਾਰ ਸਟਰੋਂਗਲੀ ਕਨਸਿਡਰ ਕਰ ਰਹੀ ਹੈ ਕੈਪ ਲਾਉਣ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਪਰ ਮਿਸਟਰ ਮਿਲਰ ਨੇ ਸਟ੍ਰੈਸ ਇਸ ਗੱਲ ਦੇ ਦਿੱਤੀ ਆ ਕਿ ਇਹ ਇਹਦੇ ਨਾਲ ਹਾਊਸਿੰਗ ਕ੍ਰੰਚ ਫਿਕਸ ਨਹੀਂ ਹੋਊਗਾ ਹੁਣ ਇਹਨਾਂ ਦੇ ਵਿੱਚ ਜਾਂ ਤੇ ਉਹੀ ਗੱਲ ਆ ਵੀ ਜਿਹੜੀ ਕਨਜ਼ਰਵਟਿਵ ਵੀ ਕਹਿ ਰਿਹਾ ਕਿ ਲਿਬਰਲ ਸਰਕਾਰ ਨੇ ਅਸਲ ਦੇ ਵਿੱਚ ਸਮੱਸਿਆ ਨੂੰ ਸਮਝਿਆ ਨਹੀਂ ਹੁਣ ਜਦੋਂ ਇੱਕ ਜਿਹੜੀ ਗੱਡੀ ਬਹੁਤ ਪਿਛੋਂ ਟ੍ਰੇਨ ਚੱਲੀ ਸੀ ਹੁਣ ਸਟੇਸ਼ਨ ਦੇ ਉੱਤੇ ਆ ਕੇ ਰੁਕ ਗਈ ਹੈ ਜਿੰਨੇ ਕ ਰੋਕਣਾ ਹੀ ਸੀ ਜਿਹੜਾ ਕਿ ਹਾਊਸਿੰਗ ਕ੍ਰਾਈਸਿਸ ਆਉਣਾ ਹੀ ਸੀ ਹੁਣ ਕੋਈ ਫਾਇਦਾ ਨਹੀਂ ਤੇ ਹੁਣ ਇਹਦਾ ਇੱਕ ਨਾ ਇਧਰ ਆਣਾ ਬਹਾਨਾ ਲੱਭਿਆ ਜਾ ਰਿਹਾ ਵੀ ਇੰਟਰਨੈਸ਼ਨਲ ਸਟੂਡੈਂਟਸ ਜ਼ਿੰਮੇਵਾਰ ਆ ਜਾਂ ਦੂਜੇ ਜ਼ਿੰਮੇਵਾਰ ਆ ਸੋ ਇਹ ਇੱਕ ਜਿਹੜੀ ਅਪਰੋਚ ਆ ਕੈਪ ਜਿਸ ਤਰ੍ਹਾਂ ਦੇ ਨਾਲ ਇਹ ਲਾਉਂਦੇ ਆ ਕਿੰਨੇ ਸਟੂਡੈਂਟ ਪਿਛਲੇ 2022 ਦੇ ਵਿੱਚ 8 ਲ ਤੇ ਇਹ ਜਸਟ ਟੂ ਟੂ ਦੀ ਸਰਕਾਰ ਨੇ 2015 ਦੇ ਵਿੱਚ ਜਦੋਂ ਜਿਹੜੇ ਇਹਨਾਂ ਨੇ ਅਹੁਦੇ ਦੇ ਉੱਤੇ ਪਹਿਲੀ ਵਾਰ ਜਸਟ ਟੂ ਟੂ ਆਏ ਸੀ ਤੇ ਉਹ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਗਿਣਤੀ ਹੈ ਕੁਝ ਐਕਸਪਰਟੇ ਕਹਿੰਦੇ ਆ ਕਿ ਜਿਹੜਾ ਇਨਫਲਕਸ ਆ ਸਟੂਡੈਂਟਸ ਦਾ ਉਹ ਲੋਅਰ ਕੋਸਟ ਰੈਂਟਲ ਕਮਿਊਡੇਸ਼ਨ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਜਾਂ ਉਹ ਜ਼ਿੰਮੇਵਾਰ ਆ ਇਸ ਚੀਜ਼ ਦੇ ਲਈ ਤੇ ਉਹਨਾਂ ਨੇ ਜਿਹੜੇ ਸ਼ੀਟੀ ਸਿਟੀਜ਼ ਦੇ ਵਿੱਚ ਵਧੇ ਤੇ ਕੰਸਟਰਕਸ਼ਨ ਜਿਹੜੇ ਨਵੇਂ ਹਾਊਸਿੰਗ ਦੇ ਇਨੈਡੀਕੁਏਟ ਆ ਅੱਧੇ ਇੰਟਰਨ ਹੈ ਸਟੂਡੈਂਟਸ ਤੋਂ ਜ਼ਿਆਦਾ ਜਿਹੜੇ ਪਰਮਿਟਸ ਨੇ ਉਹ ਵੀ ਸੁਬਾਈ ਦੇ ਵਿੱਚ ਇਸ਼ੂ ਕੀਤੇ ਗਏ ਆ ਉਹ ਕੈਨੇਡੀਅਨ ਕਾਲਜਸ ਦੇ ਵਿੱਚ ਇੱਕ ਸੈਕਟਰ ਜਿਹੜਾ ਮਤਲਬ ਯੂਨੀਵਰਸਿਟੀ ਨੂੰ ਸਰਪਾਸ ਕਰ ਗਿਆ ਟਾਪ ਡੈਸਟੀਨੇਸ਼ਨਸ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਇੱਕ ਸਟੇਟਮੈਂਟ ਦੇ ਵਿੱਚ ਜਿਹੜੇ ਕਾਲਜਸ ਤੇ ਇੰਸਟੀਟਿਊਸ਼ਨਸ ਜਿਵੇਂ ਕੋਲਜ ਐਂਡ ਇੰਸਟੀਟਿਊਟਸ ਕੈਨੇਡਾ ਆ ਉਹਨਾਂ ਨੇ ਇਹ ਜਿਹੜੇ ਰਿਪਰੈਜ਼ੈਂਟ ਕਰਦੇ ਪਬਲਿਕਲੀ ਫੰਡਡ ਕਾਲਜ ਨੂੰ ਉਹਨਾਂ ਨੇ ਕਿਹਾ ਕਿ ਟ੍ਰਬਲਡ ਸ਼ਬਦ ਉਹਨਾਂ ਨੇ ਇਸ ਚੀਜ਼ ਨੂੰ ਯੂਜ਼ ਕੀਤਾ ਜੇ ਸਰਕਾਰ ਇਹਨਾਂ ਦੀ ਲਿਮਟ ਲਾਉਂਦੀ ਆ ਕੈਪ ਲਾਉਂਦੀ ਆ ਤਾਂ ਇਹ ਗੱਲ ਸਮੱਸਿਆ ਵਾਲੀ ਹੋਊਗੀ ਹੁਣ ਜਿਹੜਾ ਇਹ ਕੈਪ ਸਟੂਡੈਂਟਸ ਦੇ ਉੱਤੇ ਜੇ ਲਾਇਆ ਜਾਂਦਾ ਇਹਦੇ ਨਾਲ ਟੈਂਪਰੇਰੀ ਲੀਫਤੋ ਮਿਲ ਜੂਗਾ ਪਰ ਇਹਦਾ ਲੰਬਾ ਅਸਰ ਮਾੜਾ ਪੈਣਾ ਐਡਵਰਸ ਇਫੈਕਟ ਪੈਣਗੇ ਸਾਡੀਆਂ ਕਮਿਊਨਿਟੀਜ਼ ਦੇ ਉੱਤੇ ਜਿੱਥੇ ਜਿਹੜੀ ਇਸ ਤਰ੍ਹਾਂ ਲੇਬਰ ਸ਼ਾਰਟੇਜ ਆ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਨੇ ਉਹ ਸਾਰੇ ਦੇ ਉੱਤੇ ਲੌਂਗ ਟਰਮ ਦੇ ਵਿੱਚ ਕੈਨੇਡਾ ਦੇ ਲਈ ਬਹੁਤ ਨੁਕਸਾਨ ਹੋਊਗਾ ਇਹਦਾ ਜਿਹੜੇ ਨੈਸ਼ਨਲ ਐਸੋਸੀਏਸ਼ਨ ਆਫ ਕੈਰੀਅਰ ਕਾਲਜ ਆ ਉਹਦੇ ਪ੍ਰੈਜ਼ੀਡੈਂਟ ਉਹਨਾਂ ਨੇ ਵੀ ਜਿਹੜੇ ਪ੍ਰਾਈਵੇਟ ਕਾਲਜਾਂ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੇ ਵੀ ਇਹ ਕਿਹਾ ਕਿ ਉਹ ਇਸ ਗੱਲਬਾਤ ਦੇ ਉੱਤੇ ਫੈਡਰਲ ਸਰਕਾਰ ਜਿਹੜੀ ਆ ਉਹਨੂੰ ਡਿਸਾਈਡ ਕਰਨਾ ਪਊਗਾ ਇਸ ਗੱਲ ਦੇ ਉੱਤੇ ਕਿ ਕਿਹੜੀਆਂ ਟ੍ਰਸਟਡ ਇੰਸਟੀਟਿਊਸ਼ਨਸ ਨੇ ਕਿੱਥੇ ਕੀ ਕਰਨਾ ਹੁਣ ਜਿਹੜਾ ਕੱਲ ਬਿਆਨ ਆਇਆ ਸੀ ਉਸ ਸੰਬੰਧ ਦੇ ਵਿੱਚ ਅੱਜ ਪ੍ਰੋਵਿੰਸ ਇੱਕ ਪ੍ਰੋਵਿੰਸ ਨੇ ਕਿਹਾ ਹਜੇ ਸਿਰਫ ਕੁਵੈਕ ਨੇ ਬਾਕੀ ਕਿਸੇ ਨੇ ਨਹੀਂ ਕਿਹਾ ਪਰ ਇਹਨਾਂ ਦਾ ਆਪ ਕੁਦਰਤੀ ਹੈ ਬਾਕੀ ਵੀ ਕਹਿਣਗੇ ਕਿਉਂਕਿ ਬਹੁਤਾ ਪੈਸਾ ਤਾਂ ਉਧਰੋਂ ਹੀ ਆ ਰਿਹਾ ਹੈ ਨਾ ਜਦ ਪ੍ਰੋਵੈਂਸਰ ਉਹ ਜਿਹੜੀ ਐਜੂਕੇਸ਼ਨ ਆ ਉਹ ਸਟੇਟ ਸਬਜੈਕਟ ਆ ਤੇ ਜਿਹੜਾ ਦੂਜੀ ਚੀਜ਼ ਆ ਉਹ ਜਿਹੜੇ ਸਟੱਡੀ ਪਰਮਿਟ ਕਿਹਨੇ ਦੇਣਾ ਇਹ ਫੈਡਰਲ ਸਰਕਾਰ ਨੇ ਦੇਣਾ ਇਹ ਉਥੋਂ ਤੈਹ ਹੋਣਾ ਸੋ ਹੁਣ ਇਹ ਮਾਮਲੇ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਇੱਕ ਬਹੁਤ ਵੱਡਾ ਸਵਾਲ ਆ ਪਰ ਇਸ ਵੇਲੇ ਸਾਡੇ ਜਿਹੜੇ ਇਹ ਪ੍ਰੋਵਿੰਸਸ ਤੇ ਫੈਡਰਲ ਸਰਕਾਰ ਦੇ ਵਿੱਚ ਆਪਸੇ ਵਿੱਚ ਕਿਤੇ ਨਾ ਕਿਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਇੱਕ ਟਕਰਾ ਜਿਹੜਾ ਸਾਹਮਣੇ ਬਣਿਆ ਹੋਇਆ ਆ ਦੂਜੀ ਗੱਲਬਾਤ ਦੋਸਤੋ ਅੱਪ ਅੱਜ ਜਿਹੜੀ ਵਾਈਲਡ ਫਾਇਰ ਵਰਕ ਕਰਨੀ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਦੇ ਬਾਰੇ ਅਪਡੇਟ ਇਹ ਆ ਕਿ ਐਮਰਜੈਂਸੀ ਆਰਡਰ ਜਿਹੜੇ ਲਾਏ ਗਏ ਸੀ ਕਿ ਕਮੋਡੀਸ਼ਨ ਤੁਸੀਂ ਵਾਈਲਡ ਫਾਇਰ ਕਰਕੇ ਬੁੱਕ ਨਹੀਂ ਕਰ ਸਕਦੇ ਬੇਸੀ ਦੇ ਕੋਸ਼ੇ ਇਸ ਦੇ ਵਿੱਚ ਕੱਲ ਰਾਤੀ ਅੱਧੀ ਰਾਤ ਨੂੰ ਇਹ ਚੱਕ ਲਏ ਗਏ ਆ ਖਾਸ ਕਰ ਇਹ ਇੱਕ ਵੈਸਟ ਕੋਲ ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਦੇ ਉੱਤੋਂ ਜਿਹੜੇ ਆ ਆਰਡਰ ਹੌ ਚੱਕ ਲੈ ਗਏ ਆ ਭਾਵ ਉਥੇ ਹੁਣ ਜਾਇਆ ਜਾ ਸਕਦਾ ਬੁਕਿੰਗ ਕੀਤੀ ਜਾ ਸਕਦੀ ਤੇ ਦੂਜੀ ਦੂਜੇ ਅਰਥੇ ਇਹ ਆ ਕਿ ਹੁਣ ਉਥੇ ਮਾਹੌਲ ਥੋੜਾ ਜਿਆ ਠੀਕ ਠਾਕ ਹੋ ਗਿਆ ਬ੍ਰੌਨ ਮਾ ਹਰੋਂ ਇੱਕ ਨਿਊਜ਼ ਕਾਨਫਰੰਸ ਕੀਤੀ ਆ ਉਹਦੇ ਵਿੱਚ ਦੱਸਿਆ ਕਿ ਜਿਹੜੇ ਇਹ ਆਰਡਰ ਆ ਚੱਕ ਲੈ ਗਏ ਆ ਤੇ ਹੁਣ ਤੁਸੀਂ ਇਧਰ ਜਾ ਸਕਦੇ ਆ ਕੋਲੋਨਾ ਕੈਮਲੂ ਪੋਲੀਵਰ ਓਸਾਈਸ ਓਸਾਈਸ ਦੇ ਨਾਲ ਪਟਿੰਗਟਨ ਟਿੰਗਟਨ ਦੇ ਨਾਲ ਵਰਨ ਇਹਦੇਲੇ ਪਾਸੇ ਹੁਣ ਜਾਇਆ ਜਾ ਸਕਦਾ ਤੇ ਇਹਨੂੰ ਇਹਨਾਂ ਨੇ ਬੜੀ ਇੱਕ ਚੰਗੀ ਖਬਰ ਦੱਸਿਆ ਤੇ ਖੁਸ਼ੀ ਦੀ ਖਬਰ ਦੱਸਿਆ ਇਹ ਆਰਡਰ ਤੁਹਾਨੂੰ ਪਤਾ ਕਿ ਸ਼ੈਟਰਡੇ ਨੂੰ ਇੰਟਰੋਡਿਊਸ ਕੀਤੇ ਸੀ ਅੱਜ 3 ਦਿਨ ਹੋ ਗਏ ਆ 4 ਦਿਨ ਹੋ ਗਏ ਇੰਟਰੋਡਿਊਸ ਕੀਤਿਆਂ ਨੂੰ ਕਿ ਲੋਕਾਂ ਦੀ ਜਿਹੜੀ ਬੁਕਿੰਗ ਸਪੇਸ ਆ ਹੋਟਲ ਦੇ ਵਿੱਚ ਮੋਰਟਲ ਦੇ ਵਿੱਚ ਇੰਸ ਦੇ ਵਿੱਚ ਬੈਡਸ ਐਂਡ ਬ੍ਰੇਕਫਾਸਟ ਹੌਸਟਲਸ ਆਰ ਵੀ ਪਾਰਕ ਕੈਂਪ ਗਰਾਊਂਡ ਸ਼ਾਰਟ ਟਰਮ ਰੈਂਟਲ ਇਹਨਾਂ ਸਾਰਿਆਂ ਨੂੰ ਲਿਮਟ ਕਰ ਦਿੱਤਾ ਗਿਆ ਸੀ ਜਿਹਦੇ ਵਿੱਚ ਜਿਹੜੇ ਜਿਵੇਂ Airbnb ਆ ਜਾਂ Webro ਆ ਇਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਲਿਮਟ ਕਰ ਦਿੱਤਾ ਗਿਆ ਸੀ ਪਰ ਆਰਡਰ ਇਨਫੈਕਟ ਵੈਸਟ ਕੋਲੋਨਾ ਦੇ ਲਈ ਹਜੇ ਵੀ ਹੈਗੇ ਆ ਪਰ ਬਾਕੀ ਥਾਵਾਂ ਦੇ ਲਈ ਇਹ ਚੱਕ ਦਿੱਤੇ ਗਏ ਤੇ ਇਹ ਇੱਕ ਚੰਗੀ ਗੱਲ ਹੈ ਦਾ ਮਤਲਬ ਇਹ ਆ ਕਿ ਕੁਝ ਕੁਝ ਮਾਹੌਲ ਠੀਕ ਹੋਣਾ ਸ਼ੁਰੂ ਹੋ ਚੁੱਕਿਆ ਹੈ ਦੂਜੇ ਪਾਸੇ ਕਈ ਦਰਜਨ ਜਿਹੜੇ ਐ ਵੈਕੂਏਸ਼ਨ ਆਰਡਰਸ ਦਨੇ ਉਹ ਇਸ਼ੂ ਕੀਤੇ ਆ ਬੀਸੀ ਦੀ ਲੋਕਨਾਗਰ ਵੈਲੀ ਦੇ ਵਿੱਚ ਜਿਹੜੇ ਕੀਤੇ ਸੀਗੇ ਪਹਿਲਾਂ ਉਹਨਾਂ ਨੂੰ ਡਾਊਨਗ੍ਰੇਡ ਕਰ ਦਿੱਤਾ ਹੁਣ ਜਿੱਥੇ ਰਹਾਇਸ਼ ਦੇ ਲਈ ਆਰਡਰ ਢਿੱਲੇ ਕਰ ਦਿੱਤੇ ਹੁਣ ਜਿਹੜੇ ਪਹਿਲਾਂ ਵੈਕੂਏਸ਼ਨ ਆਰਡਰ ਸੀਗੇ ਉਹਨਾਂ ਨੂੰ ਵੀ ਡਾਊਨਗ੍ਰੇਡ ਕਰ ਦਿੱਤਾ ਗਿਆ ਜਿਹੜੀ ਸੈਂਟਰਲ ਲੋਕਨਾਗਰ ਐਮਰਜੈਂਸੀ ਆਪਰੇਸ਼ਨਸ ਆ ਉਹਨੇ ਕੱਲ ਰਾਤੀ ਪਰਸੋਂ ਅਸਲ ਚ ਇਹਨਾਂ ਨੇ ਅਨਾਉਂਸ ਕੀਤਾ ਆ ਤੇ ਉਹ ਦਿਨ ਰਾਤ ਨੂੰ ਇਹਨਾਂ ਨੇ ਅਨਾਉਂਸ ਕਰਕੇ ਦੱਸਿਆ ਕਿ ਜਿਹੜੀਆਂ ਇਧਰ ਵੈਸਟ ਬੈਂਕ ਫਸਟ ਨੇਸ਼ਨ ਆ ਕੋਲੋਨਾ ਲੇ ਕਾਉਂਟੀ ਇੱਥੇ ਲੋਕ ਜਿਹੜੇ ਹੁਣ ਘਰਾਂ ਨੂੰ ਵਾਪਸ ਜਾ ਸਕਦੇ ਆ ਕਾਫੀ ਥਾਵਾਂ ਦੇ ਉੱਤੇ ਜਿਹੜੀ ਆਗ ਆ ਇਹ ਠੀਕ ਠਾਕ ਹੋ ਰਹੀ ਆ ਜਾਂ ਇਹਦੇ ਉੱਤੇ ਕਾਬੂ ਪਾਇਆ ਜਾ ਰਿਹਾ ਇੱਕ ਚੰਗੀ ਜਿਹੀ ਗੱਲਬਾਤ ਆ ਉਹ ਨਜ਼ਰ ਆ ਰਹੀ ਔਰ ਕਈ ਇਥੇ ਜਿੱਥੇ ਜਿੱਦਾਂ ਆਪਾਂ ਪਹਿਲਾ ਜ਼ਿਕਰ ਕਰਦੇ ਹਾਂ ਕਿ ਇਸ ਅਗਨੇ ਸਿਰਫ ਇਨਸਾਨਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਿਹੜੇ ਜਾਨਵਰ ਆ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਅਸਰ ਪਾਇਆ ਐਨੀਮਲ ਵੈਲਫੇਅਰ ਗਰੁੱਪ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਨੇ ਫਾਈਨੈਂਸ਼ੀਅਲ ਹੈਲਪ ਆਫਰ ਕੀਤੀ ਹੈ ਪੈਟ ਓਨਰਸ ਨੂੰ ਜਿਹਨਾਂ ਦੇ ਉੱਤੇ ਇਸ ਵਾਇਲਡ ਫਾਇਰ ਦਾ ਅਸਰ ਹੋਇਆ ਵੀ ਉਹਨਾਂ ਜਾਨਵਰਾਂ ਦੀ ਇਹ ਮਦਦ ਕਰ ਸਕਦੇ ਆ ਦ ਪਾਜ਼ ਫਾਰ ਹੋਪ ਐਨੀਮਲ ਫਾਊਂਡੇਸ਼ਨ ਨੇ ਦਾ ਨਾਂ ਆ ਇਹਨਾਂ ਨੇ ਕੱਲ ਮੰਗਲਵਾਰ ਨੂੰ ਅਨਾਉਂਸ ਕੀਤਾ ਵੀ 10000 ਡਾਲਰ ਸਾਡੇ ਕੋਲ ਰ ਤੇ ਅਸੀਂ ਇਹ ਦੇਣ ਨੂੰ ਤਿਆਰ ਆ ਜੇ ਕੋਈ ਮਤਲਬ ਇਹਦੇ ਵਿੱਚ ਹੈਗਾ ਆ ਤੇ ਅੰਦਾਜ਼ੇ ਅੰਦਾਜ਼ ਤੋਂ 20 ਫੈਮਲੀਆਂ ਜਿਹੜੀਆਂ ਇਹਦੇ ਤੋਂ ਕੁਦਰਤੀ ਤੌਰ ਦੇ ਉੱਤੇ ਫੰਡ ਤੋਂ ਬੈਨੀਫਿਟ ਹੋਣਗੀਆਂ ਤੇ ਉਹਦੇ ਹਿਸਾਬ ਨਾਲ ਫਿਰ ਦੇਖਣਗੇ ਕਿ ਕੀ ਡਿਮਾਂਡ ਆ ਤੇ ਕਿੰਨੀ ਕੁ ਡੋਨੇਸ਼ਨ ਆਈ ਆ ਜਿਹੜੇ ਜਿਹੜੇ ਪੈਕਸ ਨੇ ਲੋਕਾਂ ਨੇ ਰੱਖੇ ਆ ਉਹ ਜਿਹੜੇ ਪ੍ਰਭਾਵਿਤ ਹੋਇਆ ਇਸ ਚੀਜ਼ ਤੋਂ ਇਹਨਾਂ ਤੋਂ ਮਦਦ ਲੈ ਸਕਦੇ ਆ ਜਾਂ ਤੁਸੀਂ ਈਮੇਲ ਕਰ ਦਿਓ ਪਾਸ ਫੋਰ hope.org ਦੇ ਉੱਤੇ ਜਾਂ ਇਹਨਾਂ ਨੂੰ ਫੋਨ ਕਰ ਲਓ 778999 7729 778991 7729 ਸੋ ਲੋਕਾਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਮਦਦ ਵੀ ਕਰੋ ਤੇ ਜੇ ਕਿਸੇ ਨੂੰ ਮਦਦ ਚਾਹੀਦੀ ਹੈ ਉਹ ਇਥੋਂ ਲੈ ਵੀ ਜਾ ਸਕਦਾ ਹੈ ਇਹਦੇ ਨਾਲ ਹੀ ਜਿਹੜੀ ਦੂਜੀ ਗੱਲਬਾਤ ਸੀ ਕਿ ਐਮਰਜੈਂਸੀ ਕਰਿਓ ਨੇ ਹੁਣ ਗਿਣਿਆ ਤੇ 200 ਘਰ ਜਿਹੜਾ ਤੇ ਸਟਰਕਚਰਸ ਹੈਗੇ ਆ ਡੈਮੇਜ ਹੋਇਆ ਵਲਡਫਾਇਰ ਦੇ ਨਾਲ ਕੋਲੋਨਾ ਬੀਸੀ ਦੇ ਵਿੱਚ 200 200 ਘਰ ਜਾਂ ਜਿਹੜੇ ਕਹਿ ਲੋ ਸਟਰਕਚਰ ਸੀਗੇ ਉਹ ਡੈਮੇਜ ਹੋਇਆ ਰਿਜਨਲ ਡਿਸਟ੍ਰਿਕਟ ਆਫ ਸੈਂਟਰਲ ਲੋਕ ਨਾਗਰ ਨੇ ਦੱਸਿਆ ਕਿ ਜਿਹੜੇ ਹੋਮਓਨਰਸ ਨੂੰ ਨੋਟੀਫਾਈ ਕਰ ਦਿੱਤਾ ਗਿਆ ਕਿ ਵੈਸਟ ਕਲੋਨਾ ਦੇ ਵਿੱਚ ਵੈਸਟ ਬੈਂਕ ਫਸਟ ਨੇਸ਼ਨ ਤੇ ਸਰਾਉਂਡਿੰਗ ਏਰੀਆਜ਼ ਦੇ ਵਿੱਚ ਵੈਸਟ ਕਲੋਨਾ ਦੇ ਫਾਇਰ ਚੀਫ ਨੇ ਆਪਣੇ ਜੈਸਨ ਬਰਾਉਲਡ ਉਹਨਾਂ ਨੇ ਇਹ ਗੱਲਬਾਤ ਦੱਸੀ ਹੈ ਕਿ ਇਹ ਗੱਲ ਬੜੀ ਮੰਦਭਾਗੀ ਹੈ ਪਰ ਇਹ ਜਾਣਕਾਰੀ ਉਹਨਾਂ ਨੇ ਦੱਸੀ ਹੈ ਕਿ 200 ਦੇ ਕਰੀਬ ਜਿਹੜੇ ਸਟਰਕਚਰ ਆ ਹੋਏ ਇੱਥੇ ਡੈਮੇਜ ਹੋਇਆ ਹੈ ਹੁਣ ਜਦੋਂ ਉੱਥੇ BC Fire Wildfire Services ਵਾਲੇ ਲੱਗੇ ਆ ਤਾਂ ਉਹ ਉਹਦੇ ਵਿੱਚ ਦੋ ਚਾਰ ਗੱਲਾਂ ਹੋਰ ਵੀ ਬੜੀਆਂ ਮਹੱਤਵਪੂਰਨ ਇੱਕ ਤਾਂ ਇਹ ਹੈ ਵੀ ਜਿਹੜੇ ਲੋਕਾਂ ਦੇ ਡੋਰਬੈਲ ਕੈਮਰੇ ਲੱਗੇ ਸੀ ਉਹਦੇ ਵਿੱਚ ਉਹਨਾਂ ਦੀ ਵੀਡੀਓ ਬਣ ਗਈ ਕੁਦਰਤੀ ਹੋ ਤਾ ਸਾਰਾ ਰਿਕਾਰਡ ਕਰਦੇ ਜਿਹਦਾ ਅਸੀਂ ਕੱਲ ਵੀ ਗੱਲ ਕਰਦੇ ਸੀ ਕਿ ਲੋਕਾਂ ਨੇ ਆਪਣੇ ਘਰ ਸੜਦੇ ਦੇਖਿਆ ਉਹ ਡੋਰਬੈਲ ਕੈਮਰਿਆਂ ਦੇ ਵਿੱਚ ਐਸ ਘਰ ਦੇ ਡੋਰਬੈਲ ਕੈਮਰੇ ਤੋਂ ਸਾਹਮਣੇ ਵਾਲਾ ਘਰ ਨਜ਼ਰ ਆ ਰਿਹਾ ਵੀ ਉਹਨੂੰ ਅੱਗ ਲੱਗੀ ਹੈ ਪਰ ਦੇ ਨਾਲ ਇੱਕ ਹੋਰ ਚੰਗੀ ਗੱਲ ਜਿਹੜੀ ਹੋਈ ਹੈ ਕਿ ਜਿਹੜੇ ਫਾਇਰ ਫਾਈਟਰ ਨੇ ਇਹ ਅੱਗ ਨੂੰ ਬੁਝਾਉਂਦੇ ਵੀ ਉਹਦੇ ਵਿੱਚ ਕੈਪਚਰ ਹੋਇਆ ਉਹਨਾਂ ਦੀ ਵੀ ਵੀਡੀਓ ਬਣੀ ਹੈ ਵੀਸੀ ਵਾਈਲਡਫਾਇਰ ਸਰਵਿਸਸ ਦੇ ਜਿਹੜੇ EMPLOYEES ਨੇ ਜਿਹੜੇ ਕੰਮ ਕਰਨ ਵਾਲੇ ਸੀ ਉਹ ਕਹਿੰਦੇ ਸਾਡੇ ਲਈ ਇੱਕ ਬੜਾ ਨਵਾਂ ਐਕਸਪੀਰੀਅੰਸ ਸੀ ਕਿ ਉਹਨਾਂ ਕੈਮਰਿਆਂ ਦੇ ਵਿੱਚ ਇਹਨਾਂ ਦੀ ਜਿਹੜੀ ਸਟਰਗਲ ਸੀ ਉਹ ਰਿਕਾਰਡ ਹੋਈ ਹੈ ਕਿ ਕਿੱਦਾਂ ਸੰਘਰਸ਼ ਕਰ ਰਹੇ ਆ ਕੰਮ ਕਰ ਰਹੇ ਆ ਤੇ ਅੱਗ ਦੇ ਉੱਤੇ ਜਿਹੜਾ ਇੱਕ ਤਰੀਕੇ ਦੇ ਨਾਲ ਕਾਬੂ ਪਾਇਆ ਜਾ ਰਿਹਾ ਹੁਣ ਦੂਜਾ ਸਵਾਲ ਇਹ ਆ ਵੀ ਆਪਾਂ ਕੱਲ ਵੀ ਗੱਲ ਕਰ ਲਈ ਅੱਜ ਵੀ ਗੱਲ ਕਰ ਲਈ ਵੀ ਇਹ ਥੋੜਾ ਜਿਹਾ ਠੀਕ ਠਾਕ ਹੋ ਗਿਆ ਇਹ ਕਿੰਨਾ ਚਿਰ ਅਗ ਰਹੂਗੀ ਇਹ ਗੱਲ ਬਹੁਤ ਚਿੰਤਾ ਵਾਲੀ ਹੈ ਉਹ ਕਹਿੰਦੇ ਅੱਗ ਨਹੀਂ ਬੁਝਣੀ ਇਹ ਥੋੜੇ ਥੋੜੇ ਕੀਤੇ ਨਹੀਂ ਬੁਝਣੀ ਇਹ ਘਟੂ ਘਟਾ ਫੌਲ ਦੇ ਵਿੱਚ ਤੇ ਵਿంటర్ ਦੇ ਵਿੱਚ ਹੋ ਸਕਦਾ ਕੋਸ਼ਾ ਜਿਹੜੀ ਅਗਲੇ ਸਾਲ ਜਦੋਂ ਵਾਈਲਡ ਫਾਇਰ ਸੀਜ਼ਨ ਹੁੰਦਾ ਜਦੋਂ ਅੱਗ ਲੱਗਦੀ ਓਦੋਂ ਤੱਕ ਲੱਗੀਆਂ ਰਹਿਣ ਇੰਨੀ ਮਾੜੀ ਹਾਲਤ ਐਥੋਂ ਅੰਦਾਜ਼ਾ ਲਾ ਲਓ ਐਵੇਂ ਨਹੀਂ ਕਿਹਾ ਜਾ ਰਿਹਾ ਕਿ ਇਹਨੂੰ ਹੁਣ ਤੱਕ ਦੀ ਸਭ ਤੋਂ ਖਤਰਨਾਕ ਅੱਗ ਤੇ ਜੁਲਾਈ ਮਹੀਨਾ ਧਰਤੀ ਦੀ ਇਤਿਹਾਸ ਦੇ ਵਿੱਚ ਸਭ ਤੋਂ ਗਰਮ ਮਹੀਨਾ ਸੀਗਾ ਤੇ ਹੁਣ ਇਸ ਮਹੀਨੇ ਦੇ ਵਿੱਚ ਫਾਲ ਤੱਕ ਵਿੰਟਰ ਤੱਕ ਅੱਗੇ ਤੱਕ ਇਹ ਅੱਗੇ ਇਸੇ ਤਰ੍ਹਾਂ ਰਹਿ ਸਕਦੀ ਹੈ ਤੇ ਕੁਸ਼ ਜਿਹੜੀਆਂ ਹੈਗੀਆਂ ਉਹ ਮਤਲਬ ਅਗਲੇ ਸੀਜ਼ਨ ਤੱਕ ਵੀ ਜਾ ਸਕਦੀਆਂ ਆ ਇਹ ਕੱਲ ਬਾਅਦ ਦੁਪਹਿਰ ਤੱਕ ਜਾਂ ਅੱਜ ਸਵੇਰ ਤੱਕ ਜਿਹੜਾ ਡਾਟਾ ਸੀਗਾ ਅਪਡੇਟ ਉਹ ਤੋਂ ਬਾਅਦ ਆਈ ਆਉਣੀ ਆ ਉਹ ਇਹ ਆ ਕਿ 378 ਐਕਟਿਵ ਫਾਇਰਸ ਨੇ BC ਦੇ ਵਿੱਚ 378 ਤੇ ਜਿਨ੍ਹਾਂ ਦੇ ਵਿੱਚੋਂ ਜਿਹੜੀਆਂ 154 ਆ ਉਹ ਅਨਕੰਟਰੋਲਡ ਕਹੀਆਂ ਜਾ ਰਹੀਆਂ ਹਨ ਮਤਲਬ ਆਊਟ ਆਫ ਕੰਟਰੋਲਡ ਨੇ ਸੋ ਫਾਇਰ ਕ੍ਰੂ ਬੜਾ ਜਿਹੜਾ ਆਪਟੀਮਿਸਟ ਆ ਆਪਟੀਮਿਸਟਿਕ ਆ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਜਿਹੜਾ ਆਪਟੀਮਿਜ਼ਮ ਐਕਸਪ੍ਰੈਸ ਕੀਤਾ ਆ ਜਿਹੜੀਆਂ ਫੇਵਰੇਬਲ ਕੰਡੀਸ਼ਨਸ ਦੇ ਲਈ ਓਕਨ ਆਗਨ ਦੇ ਵਿੱਚ ਪਰ ਉਹ ਕਹਿੰਦੇ ਫਾਇਰ ਡੇਂਜਰ ਜਿਹੜਾ ਹਜੇ ਓਵਰ ਨਹੀਂ ਹੋਇਆ ਬੀਸੀ ਕਨ ਸਰਵੇਸ਼ਨ ਆਫੀਸਰ ਸਰਵਿਸਸ ਜਿਹੜੇ ਉਹਨਾਂ ਦੇ ਮੈਂਬਰਸ ਨੇ ਉਹਨਾਂ ਨੇ ਦੱਸਿਆ ਕਿ ਲੋਕਾਂ ਦੇ ਨਾਲ ਇਸ ਮਾਮਲੇ ਦੇ ਵਿੱਚ ਗੱਲਬਾਤ ਚੱਲ ਰਹੀ ਆ ਪਰ ਜਿਹੜਾ ਫਾਇਰ ਸੀਜ਼ਨ ਉਹ ਬਹੁਤ ਲੰਬਾ ਹੋ ਗਿਆ ਤੇ ਕੁਝ ਥਾਵਾਂ ਦੇ ਉੱਤੇ ਜਿਹੜੀ ਇਹ ਗੱਲਬਾਤ ਆ ਐਸੇ ਤਰ੍ਹਾਂ ਲੰਬਾ ਸਮਾਂ ਜਿਹੜੀ ਉਹ ਚਲਦੀ ਰਹੂਗੀ ਤੇ ਇਹ ਇੱਕ ਬੜੀ ਚਿੰਤਾ ਵਾਲੀ ਤੇ ਮਾੜੀ ਗੱਲ ਦੱਸੀ ਜਾ ਰਹੀ ਹੈ। ਅਗਲੀ ਗੱਲ ਬਾਤ ਦੋਸਤੋਂ ਅੰਟੈਰੀਓ ਤੋਂ ਆ। ਅੰਟੈਰੀਓ ਤੇ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਜੇ ਰੌਲਾ ਪਿਆ ਸੀ ਕਿ ਗ੍ਰੀਨ ਬੈਲਟ ਰਿਪੋਰਟ ਆਈ ਸੀ ਜਿਹਦੇ ਵਿੱਚ ਦੱਸਦੇ ਸੀ ਕਿ ਕੁਝ ਬੰਦੇ ਦਾ ਫਾਇਦਾ ਕੀਤਾ ਗਿਆ। ਸਮੋ ਜਿਹੜਾ ਇਲਾਕਾ ਹੁੰਦਾ ਏਰੀਆ ਹੁੰਦਾ ਉਹਨੂੰ ਕਈ ਵਾਰੀ ਗ੍ਰੀਨ ਬੈਲਟ ਹੁੰਦਾ ਜਿੱਥੇ ਕੰਸਟ੍ਰਕਸ਼ਨ ਨਹੀਂ ਹੋ ਸਕਦੀ, ਘਰ ਨਹੀਂ ਬਣ ਸਕਦੇ। ਫਿਰ ਉਹਦੇ ਵਿੱਚੋਂ ਕੀਤਾ ਜਾਂਦਾ ਕਿ ਇੰਨਾ ਇਲਾਕਾ ਕੱਢ ਕੇ ਇਹਨੂੰ ਡਿਵੈਲਪਮੈਂਟ ਦੇ ਲਈ ਕਰ ਦੋ, ਇੱਥੇ ਡਿਵੈਲਪਮੈਂਟ ਹੋ ਜਵੇ। ਤੇ ਫਿਰ ਉਹ ਉਹ ਜਿਹੜਾ ਪ੍ਰੋਸੈਸ ਹੈਗਾ ਉਸ ਮਾਮਲੇ ਦੇ ਵਿੱਚ ਜਿਹੜੇ ਜਿਹੜਾ অন্ਟੈਰੀਓ ਦੇ ਹਾਊਸਿੰਗ ਮਿਨਿਸਟਰ ਦਾ ਚੀਫ ਆਫ ਸਟਾਫ ਸੀ ਉਹ ਕਹਿੰਦੇ ਜਿਹੜਾ ਗ੍ਰੀਨ ਬੈਲਟ ਦੇ ਵਿੱਚੋਂ ਏਰੀਆ ਕੱਢਿਆ ਗਿਆ ਸੀ ਜਾਂ ਉਹਦੇ ਵਿੱਚ ਉਹ ਉਹਦੇ ਨੇੜੇ ਤੇੜੇ ਵਾਲਿਆਂ ਨੂੰ ਸਾਰਾ ਗਿਆ ਇਹ ਇੱਕ ਦੋਸ਼ ਲੱਗੇ ਸੀ ਤੇ ਉਹਨਾਂ ਨੇ ਹੁਣ ਰਿਜ਼ਾਈਨ ਕਰ ਦਿੱਤਾ ਇਸ ਮਾਮਲੇ ਦੇ ਉੱਤੇ ਲੈਂਡ ਡਵੈਲਪਮੈਂਟ ਵਾਲੇ ਮਾਮਲੇ ਦੇ ਉੱਤੇ ਪ੍ਰੀਮੀਅਰ ਦੇ ਆਫਿਸ ਨੇ ਕਨਫਰਮ ਕੀਤੀ ਹੈ ਇਹ ਖਬਰ ਕਿ ਇੱਕ ਸਟੇਟਮੈਂਟ ਕੱਲ ਉਹਨਾਂ ਨੇ ਉਹਦੇ ਵਿੱਚ ਕਿ ਜਿਹੜਾ ਪ੍ਰਿਆਨ ਅਮੈਟੋ ਅ ਸੀਗਾ ਉਹਨੇ ਰਿਜ਼ਾਈਨ ਕਰ ਦਿੱਤਾ ਆਪਣੇ ਅਹੁਦੇ ਤੋਂ ਇਸ ਮਾਮਲੇ ਦੇ ਵਿੱਚ ਇਹ ਸਟਾਫਰ ਸੀ ਰਾਇਨਾ ਮੈਟੋ ਕਿ ਸਟਾਫਰ ਸੀ ਜਿਹੜਾ ਅਸਲ ਦੇ ਵਿੱਚ ਜ਼ਿੰਮੇਵਾਰ ਸੀ ਕਿ ਕਿਹੜੀ ਸਾਈਟ ਚੂਜ਼ ਕਰਨੀ ਹੈ ਇਸ ਗ੍ਰੀਨ ਬੈਲਟ ਦੇ ਵਿੱਚ ਤੇ ਕਿਹੜੀ ਓਪਨ ਕੀਤੀ ਜਾਣੀ ਡਿਵੈਲਪਮੈਂਟ ਦੇ ਲਈ ਆ ਥੋੜੇ ਦਿਨ ਪਹਿਲਾਂ 12 ਦਿਨ ਪਹਿਲਾਂ ਅਗਸਤ 10 ਨੂੰ অন্ਟਾਰੀਓ ਦਾ ਜਿਹੜਾ ਇੰਟੈਗਰਿਟੀ ਕਮਿਸ਼ਨ ਆ ਉਹਨਾਂ ਨੇ ਕਨਫਰਮ ਕੀਤਾ ਸੀ ਕਿ ਪ੍ਰੀਮੀਅਰ ਦੇ ਆਫਿਸ ਨੇ ਰਿਕੁਐਸਟ ਕੀਤੀ ਸੀ ਕਨਵੈਸਟੀਗੇਸ਼ਨ ਕਿ ਫਾਈਲ ਨੂੰ ਹੈਂਡਲ ਕਿਦਾਂ ਕੀਤਾ ਗਿਆ ਇੰਟੈਗਰਿਟੀ ਕਮਿਸ਼ਨ ਨੇ ਇਹ ਕਿਹਾ ਸੀ ਹਲੇ ਉਹਨਾਂ ਨੇ ਇਹ ਡਿਸਾਈਡ ਨਹੀਂ ਕੀਤੀ ਕਨਵੈਸਟੀਗੇਸ਼ਨ ਲਾਂਚ ਕਰਨੀ ਹੈ ਜਾਂ ਨਹੀਂ ਕਰਨੀ ਪਰ ਸਿੱਧਾ-ਸਿੱਧਾ ਦੋਸ਼ ਇਹਨਾਂ ਦੇ ਉੱਤੇ ਲੱਗ ਰਿਹਾ ਸੀ ਚੀਫ ਆਫ ਸਟਾਫ ਦੇ ਉੱਤੇ ਕਿ ਇਹ ਜ਼ਿੰਮੇਵਾਰ ਆ ਜਾਂ ਇਹਦੇ ਜਿਹੜੇ ਬਹਿਨ ਰੁੱਸਣ ਵਾਲੇ ਲੋਕ ਆ ਉਹਨਾਂ ਦੇ ਨਾਲ ਉਹਨਾਂ ਦਾ ਫੱਕ ਪੂਰੇ ਅਗਾਂ ਫੇਵੋਟਿਜ਼ਮ ਕੀਤਾ ਗਿਆ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਉਹਨਾਂ ਦੇ ਵਿੱਚ ਕ੍ਰਿਟਿਸਾਈਜ਼ ਕੀਤਾ ਗਿਆ ਕਿ ਕਿਹੜਾ ਪ੍ਰੋਸੈਸ ਸੀ ਡਿਸੀਜਨ ਦਾ ਫੈਸਲਾ ਲੈਣਾ ਗ੍ਰੀਨ ਬੈਲਟ ਦੇ ਮਾਮਲੇ ਦੇ ਵਿੱਚ ਡਵੈਲਪਮੈਂਟ ਦੇ ਮਾਮਲੇ ਦੇ ਵਿੱਚ ਜਿੱਦਾਂ ਉਹ ਕੀਤਾ ਗਿਆ ਇਹ ਸਿੱਧਾ ਇੰਡੀਕੇਸ਼ਨ ਕਰ ਦਿਆ ਕਿ ਕੁਝ ਡਵੈਲਪਰ ਨੂੰ ਸਿੱਧਾ ਇਹਦਾ ਫਾਇਦਾ ਹੋਇਆ ਟਰਾਂਸਪੇਰੈਂਸੀ ਹੈ ਨਹੀਂ ਲੋਕ ਜੇ ਜਾਣਨਾ ਚਾਹੁੰਦੇ ਵੀ ਇਹ ਕੀਤਾ ਕਿੱਦਾਂ ਤੇ ਇਹਦੇ ਲਈ ਇਹਨਾਂ ਕੋਲ ਜਵਾਬ ਕੋਈ ਨਹੀਂ ਕਈ ਫੈਕਟਰ ਹੁੰਦੇ ਗ੍ਰੀਨ ਬੈਲਟ ਦੇ ਵਿੱਚ ਜਦੋਂ ਕੋ ਗ੍ਰੀਨ ਬੈਲਟ ਮਤਲਬ ਜਿੱਥੇ ਨਹੀਂ ਕੰਸਟ੍ਰਕਸ਼ਨ ਕਰਨ ਦੇਣੀ ਇਹਨਾਂ ਨੇ ਜਦੋਂ ਉਹਦੇ ਵਿੱਚ ਕੰਸਟ੍ਰਕਸ਼ਨ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਹੁੰਦਾ ਜਿਵੇਂ এনवायरमेंटਲ ਫੈਕਟਰਸ ਨੇ ਐਗਰੀਕਲਚਰਲ ਫੈਕਟਰਸ ਨੇ ਫਾਈਨੈਂਸ਼ੀਅਲ ਇਮਪੈਕਟ ਆ ਇਹ ਸਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਫਿਰ ਫੈਸਲਾ ਲੈਂਦੇ ਵੀ ਆਹ ਡਿਵੈਲਪ ਕਰਨਾ ਪਰ ਇਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਕਰਕੇ ਕੁਝ ਆਪਣੇ ਬੰਦਿਆਂ ਨੂੰ ਫਾਇਦਾ ਦੇਣ ਦੇ ਲਈ ਉੱਥੇ ਇੰਟਾਇਰੀਅਰ ਵਿੱਚ ਡਿਵੈਲ ਰਿਪੋਰਟੇ ਦੱਸਦੀ ਆ ਕਿ ਕੁਝ ਦਾ ਕ੍ਰਾਈਟੇਰੀਆ ਨਾ ਸਾਈਟਸ ਦੇ ਉੱਤੇ ਆਲਟਰ ਕੀਤਾ ਗਿਆ ਔਰ ਬਦਲ ਦਿੱਤਾ ਗਿਆ ਜਿੱਦਾਂ ਹੋਣਾ ਚਾਹੀਦਾ ਸੀ ਉਹਦਾ ਨਹੀਂ ਕੀਤਾ ਆਪਣੀ ਮਨਮਰਜ਼ੀ ਦੇ ਨਾਲ ਕੀਤਾ ਤੇ ਕੁਦਰਤੀ ਆ ਵੀ ਉਹਦਾ ਫਾਇਦਾ ਇਹਨਾਂ ਦੇ ਨੇੜੇ ਦੇ ਡਿਵੈਲਪਰਸ ਨੂੰ ਹੋਇਆ ਆ ਤੇ ਉਹ ਸਿੱਧੀ ਸਿੱਧੀ ਗੱਲਬਾਤ ਸਾਹਮਣੇ ਆ ਗਈ ਜਿਹੜੀ 10 ਅਗਸਤ ਨੂੰ ਤੁਹਾਡੇ ਨਾਲ ਖਬਰ ਆਪਾਂ ਸਾਂਝੀ ਕੀਤੀ ਸੀ ਅੰਟਾਰੀਆ ਗਵਰਨਮੈਂਟ ਦੇ ਫੈਸਲੇ ਦੇ ਉੱਤੇ ਕਿ ਜਿਹੜੇ ਗ੍ਰੀਨ ਬੈਲਟ ਦੇ ਕੁਝ ਹਿੱਸਿਆਂ ਨੂੰ ਹਾਊਸਿੰਗ ਪਾਰਟ ਦੇ ਲਈ ਖੋਲਣ ਦੇ ਲਈ ਸਿੱਧਾ ਫੇਵਰਡ ਕੀਤਾ ਗਿਆ ਕੋਈ ਫੇਵਰ ਕੀਤਾ ਗਿਆ ਕੁਝ ਡਿਵੈਲਪਰ ਦਾ ਤੇ ਟਰਾਂਸਪਰੈਂਸੀ ਉਹਦੇ ਵਿੱਚ ਨਹੀਂ ਸੀ 7400 ਏਕੜ ਦਾ ਰੋਲਾ ਆ ਇਹ ਮਤਲਬ 7400 ਏਕੜ ਦੇ ਵਿੱਚੋਂ ਜਿਹੜੀ ਲੈਂਡ ਰਿਮੂਵ ਕੀਤੀ ਗਈ ਆ ਗ੍ਰੀਨ ਬੈਲਟ ਦੇ ਵਿੱਚੋਂ ਇਹ ਦੱਸ ਦਿਆ ਕਿ 92% ਤਿੰਨ ਡਿਵੈਲਪਰ ਦੇ ਕੋਲ ਗਈ ਆ ਜਿਨ੍ਹਾਂ ਦਾ ਸਿੱਧਾ ਹਾਊਸਿੰਗ ਮਿਨਿਸਟਰੀ ਦੇ ਨਾਲ ਮਤਲਬ ਕੁਝ ਵੀ ਕਹਿ ਸਕਦੇ ਵੀ ਉਹਨਾਂ ਦੀ ਨੇੜਤਾ ਆ ਜਾਂ ਉਹਨਾਂ ਦੀ ਐਕਸੈਸ ਆ ਹਾਊਸਿੰਗ ਮਿਨਿਸਟਰੀ ਤੱਕ ਇਦਾਂ ਕਹੋ ਜਿਹੜੀਆਂ ਫਾਈਂਡਿੰਗਸ ਇਸ ਰਿਪੋਰਟ ਦੇ ਵਿੱਚੋਂ ਆਈਆਂ ਸੀ ਸਪੈਸ਼ਲ ਰਿਪੋਰਟ ਜਿਹੜੀ ਸੀਗੀ ਚੇਂਜ ਟੂ ਗ੍ਰੀਨ ਬੈਲਟ ਡਾਇਰੈਕਟਰ ਜਨਰਲ ਨੇ ਜਿਹੜੀ ਦਿੱਤੀ ਸੀ ਉਹਦੇ ਵਿੱਚ ਹੀ ਦੱਸਿਆ ਸੀ ਰਿਪੋਰਟ ਦੇ ਵਿੱਚ ਇਹ ਵੀ ਪਤਾ ਲੱਗਿਆ ਸੀ ਕਿ 15 ਦੇ ਵਿੱਚੋਂ 14 ਜਿਹੜੀਆਂ ਸਾਈਟਸ ਨੇ ਉਹ ਸਿੱਧੀਆਂ ਪ੍ਰੋਪੋਜ਼ ਕੀਤੀਆਂ ਆ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਦੇ ਚੀਫ ਆਫ ਸਟਾਫ ਰਿਆਨ ਮੈਟੋਰਨ ਜਿਨੇ ਹੁਣ ਅਸਤੀਫਾ ਦਿੱਤਾ 15 ਸਾਈਟਸ ਡਿਵੈਲਪ ਕਰਨੀਆਂ ਉਹਦੇ ਵਿੱਚੋਂ 14 ਸਿੱਧੀਆਂ ਪ੍ਰੋਪੋਜ਼ ਕੀਤੀਆਂ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਦੇ ਚੀਫ ਆਫ ਸਟਾਫ ਅੱਜ ਦਾ ਰਾਇਨ ਅਮੈਟੋ ਆ ਜਿਨ੍ਹਾਂ ਨੇ ਅੱਜ ਰਿਜ਼ਾਈਨ ਕਰ ਦਿੱਤਾ ਤੇ ਬਾਕੀ ਜਿਹੜੀਆਂ ਪ੍ਰੋਪੋਜ਼ ਕੀਤੀਆਂ ਸੀ ਉਹ 6 ਬੰਦਿਆਂ ਦੀ ਟੀਮ ਨੂੰ ਜਿਹੜੇ ਪਬਲਿਕ ਸਰਵੰਟ ਸੀਗੇ ਤੇ ਜਿਨ੍ਹਾਂ ਨੂੰ ਇਹ ਟਾਸਕ ਦਿੱਤੇ ਗਏ ਸੀ ਤੇ ਇਹਦੇ ਉੱਤੇ ਜਿਹੜਾ ਰੋਲਾ ਕਾਫੀ ਪਿਆ ਆ 93 ਜਿਹੜੇ 93 ਕਨਫਿਡੈਂਸ਼ੀਲੀ ਐਗਰੀਮੈਂਟਸ ਆ ਪੂਰੇ ਮਲਟੀਪਲ ਮਿਨਿਸਟਰੀਜ਼ ਦੇ ਵਿੱਚ ਸਾਈਨ ਕੀਤੇ ਗਏ ਆ ਇਸ ਪ੍ਰੋਜੈਕਟ ਦੇ ਸਬੰਧ ਦੇ ਵਿੱਚ ਤੇ ਪ੍ਰੀਮੀਅਰ ਡਗਫੋਰਡ ਨੇ ਵੀ ਕਹੇ ਵੀ ਸਾਡੇ ਕੋਲ ਬੈਟਰ ਪ੍ਰੋਸੈਸ ਹੋ ਸਕਦਾ ਸੀ ਇਹਦਾ ਵੀ ਇਦਾਂ ਦੀ ਗੱਲ ਨਹੀਂ ਉਹਨੇ ਨਿਊਜ਼ ਕਾਨਫਰੰਸ ਕੀਤੀ ਸੀ ਉਸ ਤੋਂ ਬਾਅਦ ਕਿਉਂਕਿ ਦੋਸ਼ ਬਹੁਤ ਵੱਡੇ ਸੀ ਪਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਸਾਂ ਉਹਨਾਂ ਨੇ ਕਿਹਾ ਸੀ ਕਿ ਕਲਾਪ ਦਾ ਰੈਜ਼ੀਗਨੇਸ਼ਨ ਉਦੋਂ ਹੀ ਮੰਗ ਲਿਆ ਸੀ ਉਹਨਾਂ ਨੇ ਵੀ ਐਂਡੀਪੀ ਲੀਡਰ ਮੈਰਟ ਸਟੀਲਸ ਨੇ ਵੀ ਕਿਹਾ ਸੀ ਕਿ ਇਹ ਅੱਗੇ ਤੱਕ ਜਾਣਗੇ ਜਿਹੜੀ ਇਹ ਸਮੈਲਸ ਆਫ ਕ੍ਰਪਸ਼ਨ ਉਹਨਾਂ ਨੇ ਸ਼ਬਦ ਇਸ ਥਾਂ ਦੇ ਉੱਤੇ ਵਰਤਿਆ ਸੀ ਪਰ ਉਹਦੇ ਤੋਂ ਬਾਅਦ ਹੋਣ ਇਹਨਾਂ ਨੇ ਰਿਜ਼ਾਈਨ ਕੀਤਾ ਹੈ ਤੇ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ 7400 ਏਕੜ ਲੈਂਡ ਜਿਹੜੀ ਗ੍ਰੀਨ ਬੈਲਟ ਦੇ ਵਿੱਚ ਡਿਵੈਲਪ ਕੀਤੀ ਗਈ ਸੀ ਜਨਵਰੀ ਦੇ ਵਿੱਚ ਤੇ ਰਿਕੁਐਸਟ ਕੀਤੀ ਗਈ ਸੀ ਹੁਣ ਉਹ ਫਾਇਦਾ ਜਿਹੜਾ ਉਹਦਾ ਕਿਨੂੰ ਹੋਇਆ ਆ ਕਿਸ ਤਰੀਕੇ ਨਾਲ ਫਾਇਦਾ ਹੋਇਆ ਤੇ ਇਹਦੇ ਵਿੱਚ ਅੱਗੇ ਜਾ ਕੇ ਕੀ ਕਰਨਾ ਪੈਣਾ ਆ ਇਹ ਇੱਕ ਮਤਲਬ ਇਹਦੇ ਵਿੱਚ ਇਦਾਂ ਨਹੀਂ ਆ ਕਿ ਕੋਈ ਘਪੜਾ ਕਰ ਲਿਆ ਜਾਂ ਕੁਝ ਹੋ ਗਿਆ ਪਰ ਡਵੈਲਪਰ 벨ਟ ਗ੍ਰੀਨ 벨ਟ ਦੇ ਵਿੱਚ ਇੱਕ ਤਾਂ ਕਿਹੜਾ ਇਲਾਕਾ ਡਵੈਲਪ ਕਰਨਾ ਉਹ ਡਿਪੈਂਡ ਕਰਦਾ ਉਹਦੇ ਉੱਤੇ ਜਿਹੜਾ ਕ੍ਰਾਈਟੇਰੀਆ ਹੈ ਕਿ ਵਾਤਾਵਰਣ ਤੇ ਧਿਆਨ ਚ ਰੱਖਣਾ ਫਾਈਨੈਂਸ਼ੀਅਲ ਇਮਪੈਕਟ ਦੇਖਣਾ ਹੋਰ ਸਾਰਾ ਕੁਝ ਦੇਖਣਾ ਉਹ ਸਿਲੈਕਟ ਕੀਤੀਆਂ ਜਾਂਦੀਆਂ ਰਿਪੋਰਟ ਦੇ ਵਿੱਚ ਇਹ ਹੁੰਦਾ ਕਿ ਕਈ ਸੈਂਕੜੇ ਜਿਹੜੀਆਂ ਸਾਈਟਸ ਨੇ ਰਿਮੂਵਲ ਰਿਕੁਐਸਟ ਦੀਆਂ ਸਬਮਿਟ ਕੀਤੀਆਂ ਜਾਂਦੀਆਂ ਮਿਨਿਸਟਰੀ ਆਫ ਹਾਊਸਿੰਗ ਦੇ ਕੋਲ ਜਦੋਂ ਗ੍ਰੀਨ 벨ਟ ਸਟੈਬਲਿਸ਼ ਹੋਈ ਹੈ 2005 ਤੋਂ ਲੈ ਕੇ ਪਰ 22 ਇਹਨਾਂ ਦੇ ਵਿੱਚ ਕੰਸੀਡਰ ਕੀਤੀਆਂ ਗਈਆਂ ਅ ਅਵੀ 22 ਦੀ ਜਿਹੜੀ ਸਿਲੈਕਸ਼ਨ ਸੀਗੀ ਕਿ 22 ਜਿਹੜੀਆਂ ਆ ਉਹ ਪ੍ਰੂਵ ਕੀਤੀਆਂ ਜਾ ਸਕਦੀਆਂ ਇਹਨਾਂ ਦੇ ਵਿੱਚੋਂ 21 ਜਿਹੜੀਆਂ ਸਿੱਧੀਆਂ ਚੀਫ ਆਫ ਸਟਾਫ ਅ ਨੇ ਪ੍ਰੋਵਾਈਡ ਕੀਤੀਆਂ ਤੇ ਟੀਮ ਜਿਹੜੀ ਆ ਉਹ ਇਹਦੀ ਫਰਦਰ ਇਨਫਾਰਮੇਸ਼ਨ ਜਿਹੜੀ ਉਹ ਕਰ ਰਹੀ ਆ 21ਆਂ ਦੇ ਵਿੱਚੋਂ 9 9 ਜਿਹੜੀਆਂ ਨੇ ਉਹ ਚੀਫ ਆਫ ਸਟਾਫ ਦੀ ਜਿਹੜੇ ਡਿਵੈਲਪਰ ਜਾਂ ਰਿਪਰੈਜ਼ੈਂਟੇਟਿਵ ਨੇ ਉਹਨਾਂ ਦਾ ਸਿੱਧਾ ਕਿਤੇ ਨਾ ਕਿਤੇ ਸਬੰਧ ਆ ਤੇ ਪੰਜ ਜਿਹੜੀਆਂ ਆਇਡੈਂਟੀਫਾਈ ਕੀਤੀਆਂ ਗਈਆਂ ਕਿ ਇੱਕ ਹੋਰ ਪੋਲੀਟੀਕਲ ਸਟਾਫ ਮੈਂਬਰ ਆ ਵਿਥਿਨ ਹਾਊਸਿੰਗ ਮਿਨਿਸਟਰੀ ਦੇ ਆਫਿਸ ਉਹਦਾ ਸਬੰਧ ਮਤਲਬ ਸਿੱਧੀ ਸਿੱਧੀ ਗੱਲ ਆ ਵੀ ਇਹਨਾਂ ਨੇ ਆਪਣਿਆਂ ਦਾ ਭਲਾ ਕਰ ਦਿੱਤਾ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਬਾਕੀ ਡਿਵੈਲਪਰ ਜਿਹਦੀ ਪਹੁੰਚ ਨਹੀਂ ਸੀ ਉੱਥੇ ਤੱਕ ਉਹਦਾ ਵਾਸ ਨਹੀਂ ਚੱਲਿਆ ਤੇ ਦੂਜੀ ਗੱਲਬਾਤ ਜਿਹੜਾ ਕਾਨੂੰਨ ਨੂੰ ਫਾਲੋ ਕਰਨਾ ਸੀ ਨਾ ਜਿਹੜੇ ਰੈਗੂਲੇਸ਼ਨਸ ਸੀਗੇ ਉਹ ਸਾਰੇ ਦੇ ਸਾਰੇ ਜਿਹੜੇ ਆਓ ਕਿਤੇ ਨਾ ਕਿਤੇ ਪਿਛਲੇ ਪਾਸੇ ਚਲੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ